ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ। ਮੈਂ ਹਾਂ ਮਨੀਸ਼ਾ ਠਾਕੁਰ। ਦੇਸ਼ ਵਿਦੇਸ਼ ਦੀਆਂ ਹੈਡਲਾਈਨਸ ਦੀ ਕਰਦੇ ਹਾਂ ਸ਼ੁਰੂਆਤ। ਬਿਗ ਬੌਸ ਫੇਮ ਐਲਵਿਸ਼ ਯਾਦਵ ਨੂੰ ਨੋਇਡਾ ਪੁਲਿਸ ਨੇ ਸੱਪ ਦਾ ਜ਼ਹਿਰ ਮੰਗਵਾਉਣ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ। ਦੱਸਦੇ ਇਸ ਮਾਮਲੇ ਸੰਬੰਧੀ ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਦੇ ਦੌਰਾਨ ਐਲਵਿਸ਼ ਯਾਦਵ ਨੇ ਕਬੂਲ ਵੀ ਕੀਤਾ ਹੈ ਕਿ ਉਹ ਪਾਰਟੀ 'ਚ ਸੱਪ ਅਤੇ ਸੱਪਾਂ ਦਾ ਜ਼ਹਿਰ ਮੰਗਵਾਉਂਦਾ ਸੀ। ਐਲਵਿਸ਼ ਯਾਦਵ ਨੇ ਮੰਨਿਆ ਹੈ ਕਿ ਉਹ ਵੱਖ ਵੱਖ ਰੇਵ ਪਾਰਟੀਆਂ 'ਚ ਨਵੰਬਰ 'ਚ ਗ੍ਰਿਫਤਾਰ ਕੀਤੇ ਗਏ ਦੋਸ਼ੀ ਰਾਹੁਲ ਸਮੇਤ ਸਾਰਿਆਂ ਨੂੰ ਮਿਲਿਆ ਸੀ ਅਤੇ ਉਹਨਾਂ ਦੇ ਸੰਪਰਕ ਵਿੱਚ ਵੀ ਸੀ। ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਉਣ ਦੇ ਦਿੱਤੇ ਨੇ ਆਦੇਸ਼। ਦੱਸ ਦਈਏ ਕਿ ਦੇਸ਼ ਦੇ ਵਿੱਚ ਸਭ ਤੋਂ ਵੱਧ 3.80 ਲੱਖ ਲਾਇਸੈਂਸੀ ਹਥਿਆਰ ਪੰਜਾਬ ਦੇ ਵਿੱਚ ਹੀ ਪਾਏ ਜਾਂਦੇ ਨੇ ਤੇ ਹੁਣ ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਪਾਬੰਦੀ ਹੈ ਜਿਹੜੀ ਉਹ ਹਥਿਆਰਾਂ ਤੇ ਲਗਾ ਦਿੱਤੀ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਵੀ ED ਸਾਹਮਣੇ ਪੇਸ਼ ਨਹੀਂ ਹੋਣਗੇ। ਦੱਸ ਦਈਏ ਕਿ ਪਾਰਟੀ ਨੇ ਕਿਹਾ ਹੈ ਕਿ ਜਦੋਂ ਮੁੱਖ ਮੰਤਰੀ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਚੁੱਕੀ ਹੈ ਤਾਂ ED ਵਾਰ ਵਾਰ ਸੰਮਨ ਕਿਉਂ ਭੇਜ ਰਹੀ ਹੈ। ਦੱਸ ਦਈਏ ਕਿ ਉਸਨੇ ED ਦੇ ਸੰਮਨਾਂ ਨੂੰ ਗੈਰ ਕਾਨੂੰਨੀ ਦੱਸਿਆ। ED ਨੇ ਦਿੱਲੀ ਜਲ ਬੋਰਡ ਮਾਮਲੇ 'ਚ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀ ਧਾਰਾ 50 ਤਹਿਤ ਮੁੱਖ ਮੰਤਰੀ ਕੇਜਰੀਵਾਲ ਨੂੰ ਸੰਮਨ ਜਾਰੀ ਕੀਤਾ ਸੀ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਪਿਛਲੇ ਦਹਾਕੇ ਦੇ ਵਿੱਚ ਦੇਸ਼ ਦੀ ਮਹੱਤਵਪੂਰਨ ਤਬਦੀਲੀ ਨੂੰ ਉਜਾਗਰ ਕੀਤਾ। ਦੱਸ ਦਈਏ ਜਿਸ ਨਾਲ ਦੇਸ਼ ਹੁਣ 3 ਸਾਲਾਂ ਵਿੱਚ ਸੰਯੁਕਤ ਰਾਜ ਅਮਰੀਕਾ ਵਾਂਗ ਬਹੁਤ ਸਾਰੇ ਨਕਦੀ ਰਹਿਤ ਲੈਣ ਦੇਣ ਕਰ ਰਿਹਾ। ਨਵੀਂ ਦਿੱਲੀ ਵਿੱਚ ਵਪਾਰਕ ਭਾਵਨਾ ਵਿੱਚ ਸੁਧਾਰ ਹੋਣ ਅਤੇ ਨਿਵੇਸ਼ ਪ੍ਰਵਾਹ ਆਪਣੇ ਉੱਚੇ ਪੱਧਰਾਂ ਤੇ ਪਹੁੰਚਣ ਦੇ ਨਾਲ ਭਾਰਤ ਦੁਨੀਆ ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਵਿਕਾਸ ਕਰਨ ਵਾਲੀ ਅਰਥ ਵਿਵਸਥਾ ਵੀ ਬਣ ਚੁੱਕੀ ਹੈ। ਦੇਸ਼ ਮੈਟਰੋ, ਸੜਕਾਂ, ਹਵਾਈ ਅੱਡਿਆਂ, ਰੇਲਾਂ, ਰੇਲਵੇ ਸਟੇਸ਼ਨਾਂ, ਪਾਈਪਾਂ ਵਾਲਾ ਪਾਣੀ ਅਤੇ ਬਿਜਲੀ ਕਨੈਕਸ਼ਨਾਂ ਵਰਗੇ ਬੁਨਿਆਦੀ ਢਾਂਚੇ ਦਾ ਵੀ ਵਿਕਾਸ ਕਰ ਰਿਹਾ। ਰੂਸ ਦੇ ਵਿੱਚ 5ਵੀਂ ਵਾਰ ਕਾਇਮ ਹੋਈ ਪੁਤਿਨ ਸਰਕਾਰ। ਦੱਸ ਦਈਏ ਰਿਕਾਰਡ ਬਹੁਮਤ ਦੇ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣ ਚੁੱਕੇ ਨੇ ਵਲਾਦੀਮਿਰ ਪੁਤਿਨ। 88% ਵੋਟਾਂ ਦੇ ਨਾਲ ਕੀਤੀ ਹੈ ਪੁਤਿਨ ਨੇ ਜਿੱਤ ਹਾਸਿਲ। ਨਾਲ ਹੀ ਇਹ ਵੀ ਕਿਹਾ ਹੈ ਕਿ ਜੇਕਰ ਅਮਰੀਕਾ ਦੀ ਅਗਵਾਈ ਵਾਲੀ ਫੌਜੀ ਸੰਸਥਾ ਨਾਟੋ ਅਤੇ ਰੂਸ ਆਮਣੋ ਸਾਹਮਣੇ ਹੁੰਦੇ ਨੇ ਤਾਂ ਦੁਨੀਆ 3ਜੇ ਵਿਸ਼ਵ ਯੁੱਧ ਤੋਂ ਇੱਕ ਹੀ ਕਦਮ ਦੂਰ ਹੋਵੇਗੀ। ਅੱਜ ਲਈ ਇੰਨਾ ਹੀ। ਹੋਰ ਜਾਣਕਾਰੀ ਲੈ ਕੇ ਜਲਦ ਹੋਵਾਂਗੇ ਹਾਜ਼ਰ। ਤੁਸੀਂ ਦੇਖਦੇ ਰਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ।